ਸੱਜਣੋ ਮਿੱਤਰੋ ਭੈਣੋ ਅਤੇ ਭਰਾਓ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕਮ ਪੰਜਾਬ ਰੰਗ ਵਿੱਚ ਅੱਜ ਤੁਹਾਨੂੰ ਤਾਹਿਰ ਗੋਰਾ ਅਤੇ ਪਰਮਜੀਤ ਦਿਓਲ ਜੀਆਂ ਨੂੰ ਆਖਦੇ ਨੇ ਔਰ ਅੱਜ ਸਾਡੇ ਸ਼ੋਅ 'ਚ ਇੱਕ ਐਸੇ ਉਚੇਚੇ ਪ੍ਰਾਹੁਣੇ ਆਏ ਨੇ ਜਿਨ੍ਹਾਂ ਦੇ ਬਾਰੇ 'ਚ ਅਸੀਂ ਜਿੰਨੀ ਵੀ ਤਾਰੀਫ ਕਰੀਏ ਓਨੀ ਥੋੜ੍ਹੀ ਹੈ ਉਹਦੀ ਵਜ੍ਹਾ ਹੈਗੀ ਹੈ ਕਿ ਉਹ ਇੱਕ ਐਸਾ ਮਹਾਨ ਕੰਮ ਕਰ ਰਹੇ ਨੇ ਐਸਾ ਵਧੀਆ ਕੰਮ ਕਰ ਰਹੇ ਨੇ ਜਿਹੜੀ ਪੰਜਾਬੀ ਦੀ ਨਵੀਂ ਜਨਰੇਸ਼ਨ ਨੂੰ ਪੰਜਾਬੀ ਜ਼ੁਬਾਨ ਅਤੇ ਸਾਹ ਦੇ ਨਾਲ ਜੋੜ ਰਹੇ ਨੇ ਔਰ ਇਹ ਬੜੇ ਮੰਨੇ ਪ੍ਰਮੰਨੇ ਸਾਫ਼ੀ ਨੇ ਬੜੇ ਮੰਨੇ ਪ੍ਰਮੰਨੇ ਅਦੀਬ ਨੇ ਪਬਲਿਸ਼ਰ ਨੇ ਮੈਂ ਜੀ ਆਇਆਂ ਆਖਦਾ ਹੈਗਾ ਜਨਾਬ ਅਸ਼ਰਫ ਸੁਹੇਲ ਸਾਹਿਬ ਨੂੰ ਜਿਨ੍ਹਾਂ ਨੂੰ ਅਸੀਂ ਪਖੇਰੋ ਦੇ ਨਾਮ 'ਤੇ ਵੀ ਜਾਣਦੇ ਹਾਂ ਇਹ ਤੁਹਾਡਾ ਖੂਬਸੂਰਤ ਜਿਹੜਾ ਕੰਮ ਹੈਗਾ ਤੁਸੀਂ ਬਾਲਾਂ ਲਈ ਨਿਆਣਿਆਂ ਲਈ ਨਜ਼ਮਾਂ ਗਜ਼ਲਾਂ ਕਹਾਣੀਆਂ ਤੁਸੀਂ ਕਹਿੰਦੇ ਜੇ ਤਲੀਮ ਅਤੇ ਤਫਰੀਹ ਨਾਲੋ ਨਾਲ ਔਰ ਇਹ ਉਹ ਕੰਮ ਕਰ ਰਹੇ ਜੇ ਖਾਸ ਤੌਰ 'ਤੇ ਪੰਜਾਬ ਦੇ ਉਸ ਪਾਸਿਓਂ ਜਿਹਨੂੰ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ ਪਾਕਿਸਤਾਨੀ ਸਾਈਡ ਦਾ ਪੰਜਾਬ ਕਹਿੰਦੇ ਹਾਂ ਜਿਹਦੇ ਵਿੱਚ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਪਾਕਿਸਤਾਨ ਦਾ ਸਭ ਨਾਲੋਂ ਵੱਡਾ ਸੂਬਾ ਹੈ ਸਭ ਨਾਲੋਂ ਵੱਡੀ ਜ਼ੁਬਾਨ ਹੈ ਪਰ ਉਹਦੇ ਵਿੱਚ ਉਸੇ ਜ਼ੁਬਾਨ ਦੇ ਬਾਰੇ 'ਚ ਕੰਮ ਨਾ ਹੋਣ ਦੇ ਬਰਾਬਰ ਹੁੰਦਾ ਇਹ ਕੱਲਮ ਕੱਲਾ ਤੁਸੀਂ ਉੱਥੋਂ ਇਹ ਮੁਜੱਲਾ ਉੱਥੋਂ ਛਾਪ ਰਿਹਾ ਜੇ ਔਰ ਜਿਹੜੀ ਗੱਲ ਪਰਮਜੀਤ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸ਼ੁਰੂ ਦੇ ਵਿੱਚ ਉਹ ਹੈ ਅਸ਼ਰਫ ਭਾਈ ਕਿ ਇਹ ਤੁਸੀਂ 20-25 ਵਰ੍ਹਿਆਂ ਦੇ ਉੱਤੇ ਇਹ ਕੰਮ ਕਰ ਰਹੇ ਜੇ ਜ਼ਿੰਦਗੀ ਦਾ ਅੱਧਾ ਹਿੱਸਾ ਤੁਸੀਂ ਲਾ ਦਿੱਤਾ ਪਰ ਇਹ ਗੱਲ ਦੱਸੋ ਕਿ ਉੱਥੇ ਕਿੰਨੇ ਕੁ ਨਿਆਣੇ ਕਿੰਨੇ ਕੁ ਬਾਲ ਅਤੇ ਕਿੰਨੇ ਕੁ ਪੰਜਾਬੀ ਪੜ੍ਹਦੇ ਨੇ ਅਤੇ ਤੁਹਾਡਾ ਸਾਥ ਦਿੰਦੇ ਜੀ ਤਾਹਰ ਗੋਰਾ ਸਾਹਿਬ ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਆਪਣੇ ਇੱਥੇ ਦਾਵਤ ਦਿੱਤੀ ਹੈ ਔਰ ਮੈਂ ਇਹ ਕੈਨੇਡੀਅਨ ਪਹਿਲੀ ਦਫਾ ਕੈਨੇਡਾ 'ਚ ਆਇਆ ਵਾਂ ਅਤੇ ਇਹਨਾਂ ਸਾਰੇ ਹੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਮੈਂ ਸਲਾਮ ਅਰਜ਼ ਕਰਨਾ ਵਾਂ ਸਰ ਇਹ ਪਰਚਾ ਤਿੰਨਾ ਪਿਛਲੇ 20 ਸਾਲ ਤੋਂ ਛਾਪ ਰਿਹਾ ਵਾਂ ਔਰ ਬੇਸ਼ੱਕ ਸਰਕਾਰ ਪੰਜਾਬੀ ਲਾਗੂ ਨਹੀਂ ਕਰ ਰਹੀ ਪਹਿਲੀ ਤੋਂ ਸਰਕਾਰ ਪੰਜਾਬੀ ਦਾ ਹੱਕ ਬਣਦਾ ਹੱਕ ਉਹਦਾ ਨਹੀਂ ਦੇ ਰਹੀ ਉਹਨੂੰ ਲੇਕਿਨ ਮੈਂ ਸਮਝਣਾ ਸਾਡੀਆਂ ਕੋਸ਼ਿਸ਼ ਜ਼ਾਇਆ ਨਹੀਂ ਜਾਣਗੀਆਂ ਅਸੀਂ ਆਪਣੀ ਨਵੀਂ ਨਸਲ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬਹੁਤ ਜ਼ਿਆਦਾ ਕਾਮਯਾਬ ਹਾਂ ਅਸੀਂ ਔਰ ਪਿੰਡਾਂ ਥਾਵਾਂ ਦੇ ਵਿੱਚ ਬੱਚੇ ਜਦੋਂ ਖਤ ਲਿਖ ਕੇ ਭੇਜਦੇ ਨੇ ਕਹਾਣੀਆਂ ਲਿਖ ਕੇ ਭੇਜਦੇ ਨੇ ਔਰ ਬਾਕੀ ਜਦੋਂ ਮੈਟਰ ਸਾਰਾ ਕੁਛ ਆਉਂਦਾ ਹੈ ਟੈਲੀਫੋਨ ਆਉਂਦੇ ਨੇ ਬੱਚਿਆਂ ਦੇ ਅਤੇ ਮੇਰੇ ਦਿਲ ਨੂੰ ਠੰਡ ਪੈਂਦੀ ਹੈ ਕਿ ਮੈਂ ਜੋ ਕੰਮ ਕਰ ਰਿਹਾ ਵਾਂ ਮੈਂ ਉਸ ਪਨੀਰੀ ਨੂੰ ਜਿਹੜੀ ਮੈਂ ਦਾਗ 20 ਸਾਲ ਪਹਿਲੇ ਲਾਈ ਸੀ ਉਹ ਉੱਗ ਪਈ ਹੈ ਉਸ ਕਿਸਾਨ ਦੀ ਤਰ੍ਹਾਂ ਮੈਂ ਕੰਮ ਕੀਤਾ ਕਿ ਜਿਹੜਾ ਬੀਜ ਖੇਤ 'ਚ ਖਿਲਾਰ ਦਿੰਦਾ ਜਾਂ ਕੋਈ ਨਾ ਕੋਈ ਤਾਂ ਉੱਗ ਪਏਗਾ ਨਾ 20 ਸਾਲ ਬਾਅਦ ਹੁਣ ਇਹ ਪਾਕਿਸਤਾਨੀ ਪੰਜਾਬ ਦੀ ਸੂਰਤ 'ਚ ਆ ਲਿਆ ਹੈਗੀ ਹੈ ਇਹ ਜੀ ਜੋ ਵੀ ਕੁਛ ਛਪਿਆ ਪਾਕਿਸਤਾਨੀ ਅਦਬ ਛਪਿਆ ਜਿਸ ਮੈਂ ਪਹਿਲਾ ਪੇਪਰ ਕੱਢਿਆ ਸੀ ਉਹਦੇ 'ਚ ਸਾਰਾ ਗੁਰਮੁਖੀ ਹਿੰਦੀ ਔਰ ਕਰਾਚੀ ਇਹ ਆਪਣਾ ਇੰਗਲਿਸ਼ ਮੈਟਰ ਸ਼ਾਮਿਲ ਸੀ ਅੱਜ 20 ਸਾਲ ਹੋ ਗਏ ਨੇ ਅੱਜ ਸਾਰੇ ਪਾਕਿਸਤਾਨੀ ਰਾਈਟਰਸ ਸ਼ਾਮਿਲ ਨੇ ਇਹਦੇ 'ਚ ਪਾਕਿਸਤਾਨੀ ਨਾਵਲ ਆ ਰਹੇ ਨੇ ਪਾਕਿਸਤਾਨੀ ਰਾਈਟਰ ਪੈਦਾ ਕੀਤੇ ਨੇ ਇਹ ਸਾਰੀ ਉਹ ਪਨੀਰ ਜਿਹੜੀ 20 ਸਾਲ ਪਹਿਲੇ ਮੈਂ ਲਾਈ ਸੀ ਜਿਵੇਂ ਕਿਸਾਨ ਸਾਰੇ ਬੀਜ ਇੱਕ ਹੀ ਜਗ੍ਹਾ ਅਗਰ ਦੱਬ ਦੇਵੇ ਨਾ ਤਾਂ ਕੁਛ ਨਹੀਂ ਉੱਗਦਾ ਬੀਜ ਜ਼ਾਇਆ ਹੋ ਜਾਂਦੇ ਨੇ ਲੇਕਿਨ ਅਗਰ ਖੇਤ 'ਚ ਖਿਲਾਰ ਦਿੰਦਾ ਤਾਂ ਫਿਰ ਉਹਦਾ ਕੋਈ ਨਾ ਕੁਛ ਨਿਕਲ ਜਾਂਦਾ ਕੁਝ ਨਾ ਕੁਝ ਬਹੁਤ ਅਸ਼ਰਫ ਸੁਹੇਲ ਸਾਹਿਬ ਤੁਸੀਂ ਬਹੁਤ ਠੀਕ ਫਰਮਾਇਆ ਜਿਹੜੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਕਹਿੰਦੇ ਕੋਸ਼ਿਸ਼ ਜ਼ਰੂਰੀ ਕਰਨੀ ਚਾਹੀਦੀ ਆ ਕੋਸ਼ਿਸ਼ ਦੇ ਨਾਲ ਹੀ ਕੁਛ ਨਾ ਕੁਛ ਤਾਂ ਜਿਹੜਾ ਤੁਸੀਂ ਬੀਜ ਪਾਇਆ ਉਹਦਾ ਕੁਛ ਨਾ ਕੁਛ ਤਾਂ ਉੱਗੇਗਾ ਹੀ ਕੁਛ ਨਾ ਕੁਛ ਤਾਂ ਬਣੇਗਾ ਕਿੱਥੇ ਤੱਕ ਤਾਂ ਆਪਾਂ ਕਿਤੇ ਨਾ ਕਿਤੇ ਤਾਂ ਆਪਾਂ ਪਹੁੰਚਾਂਗੇ ਬਿਲਕੁਲ ਕੋਸ਼ਿਸ਼ ਜਿਹੜੀ ਤੁਸੀਂ ਦੱਸੀ ਹੈ ਕੋਸ਼ਿਸ਼ ਜ਼ਰੂਰੀ ਪਰਮਜੀਤ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਹਾਂਜੀ ਕਿ ਜਦੋਂ ਕਿ ਨਿਆਣਿਆਂ ਦਾ ਜਿਹੜਾ ਲਿਟਰੇਚਰ ਹੈਗਾ ਇਹ ਸ਼ਾਮੁਖੀ ਦੇ ਵਿੱਚ 20 ਸਾਲਾਂ ਤੋਂ ਹੈਗਾ ਔਰ ਇਹ ਦੇਖੋ ਕਿੰਨੇ ਇਹਨਾਂ ਨੇ ਪਰਚੇ ਛਾਪੇ ਨੇ ਸਾਡੇ ਦਰਸ਼ਕ ਵੇਖ ਰਹੇ ਨੇ ਉੱਧਰ ਚੜ੍ਹਦੇ ਪੰਜਾਬ ਦੇ ਵਿੱਚ ਨਿਆਣਿਆਂ ਦੇ ਲਿਟਰੇਚਰ ਦੀ ਕੀ ਸੂਰਤ ਹਾਲ ਹੈ ਉਹ ਵੀ ਜ਼ਰਾ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ ਜਿਵੇਂ ਆਪਾਂ ਨੂੰ ਇੱਧਰ ਅਸ਼ਰਫ ਸੁਹੇਲ ਸਾਹਿਬ ਨੇ ਵੀ ਦੱਸਿਆ ਹੈ ਵੀ ਉਹਦੇ ਨਾਲ ਜੋੜ ਰਹੇ ਹਾਂ ਅਸੀਂ ਅਤੇ ਉਰਦੂ ਵੱਲ ਜਿਹੜੇ ਬੱਚੇ ਉਹ ਜ਼ਿਆਦਾ ਜਾ ਰਹੇ ਹਨ ਅਤੇ ਜਿਹੜੇ ਸਾਡੇ ਚੜ੍ਹਦੇ ਪੰਜਾਬ 'ਚ ਆ ਉਹ ਵੀ ਉਹ ਹਿੰਦੀ ਨਾਲ ਬੱਚੇ ਜ਼ਿਆਦਾ ਜੁੜ ਰਹੇ ਆ ਸਕੂਲਾਂ ਦੇ ਵਿੱਚ ਹਿੰਦੀ ਉਹਨਾਂ ਨੂੰ ਬੋਲਣੀ ਪੈਂਦੀ ਆ ਅਤੇ ਘਰ 'ਚ ਮਾਵਾਂ ਭਾਵੇਂ ਬੋਲਦੀਆਂ ਵੀ ਆ ਉਹਨਾਂ ਦੇ ਨਾਲ ਪਰ ਉਹ ਜ਼ਿਆਦਾਤਰ ਸਕੂਲ ਦੇ ਵਿੱਚ ਰਹਿੰਦੇ ਆ ਤਾਂ ਉਹ ਸਾਡਾ ਜਿਹੜਾ ਉਹ ਵਾਧਾ ਆ ਉੱਧਰਲੇ ਪੰਜਾਬ ਦਾ ਉਹ ਹਿੰਦੀ ਵੱਲ ਨੂੰ ਜ਼ਿਆਦਾ ਝੁਕਾ ਜਾ ਰਿਹਾ ਆ ਅਸਲ 'ਚ ਭੈਣ ਜੀ ਚੜ੍ਹਦੇ ਪੰਜਾਬ 'ਚ ਆਪਣਾ ਤਾਰ ਸਾਹਿਬ ਕਿ ਆਪਣਾ 4 ਪੇਪਰ ਬੱਚਿਆਂ 'ਚ ਛਪ ਰਹੇ ਨੇ 2 ਪੇਪਰ ਗੌਰਮੈਂਟ ਛਾਪ ਰਹੀ ਹੈ ਪੰਜਾਬ ਸਿੱਖਿਆ ਬੋਰਡ ਔਰ ਪੰਖੜੀਆਂ ਦੇ ਪ੍ਰਾਇਮਰੀ ਸਿੱਖਿਆ ਉਹ ਪਿਛਲੇ 40 ਸਾਲ ਤੋਂ ਛਪ ਰਹੇ ਨੇ ਜਿਹਨੂੰ ਗੌਰਮੈਂਟ ਛਾਪਦੀ ਹੈ ਗੌਰਮੈਂਟ ਸਪੋਰਟ ਕਰਦੀ ਗੌਰਮੈਂਟ ਡਿਸਪੈਚ ਕਰਦੀ ਹੈ ਔਰ ਇੱਕ ਪੇਪਰ ਦਿੱਲੀ ਤੋਂ ਛਪਦਾ ਹੰਸਦੀ ਦੁਨੀਆ ਦੇ ਨਾਂ ਤੋਂ ਅਤੇ ਇੱਕ ਪੇਪਰ ਹੁਸ਼ਿਆਰਪੁਰ ਤੋਂ ਛਪਦਾ ਨਿੱਕੀ ਕੁਰਮਲਾ 4 ਪੇਪਰ ਸਾਡੇ ਪੰਜਾਬੀ ਦੇ ਚੜ੍ਹਦੇ ਪੰਜਾਬ ਤੋਂ ਛਪਦੇ ਨੇ ਜਦੋਂ ਕੋਈ ਛੋਟਾ ਪੰਜਾਬ ਹੈ ਸਾਡਾ ਪੰਜਾਬ ਬਹੁਤ ਵੱਡਾ ਪੰਜਾਬ ਹੈ
ਇਹਦੇ ਕੰਮ ਦਾ ਕੰਮ ਕਮ ਤੋਂ ਕਮ 5 ਪਰਚੇ ਹੋਣੇ ਚਾਹੀਦੇ ਨੇ ਬੱਚਿਆਂ ਵਾਸਤੇ, ਲੇਕਿਨ ਕਿਉਂਕਿ ਸਾਡੀ ਜਿਹੜੀ ਇਹ ਸਕੂਲੀ ਸਿੱਖਿਆ ਜਿਹੜੀ ਹੈ ਉਹ ਕਿਉਂਕਿ ਪੰਜਾਬੀ ਨਹੀਂ ਹੈ, ਔਰ ਫਿਰ ਵਾਲਦਿਆਂ ਦੀ ਇਹ ਖੁਆਇਸ਼ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਸ ਜ਼ੁਬਾਨ ਨਾਲ ਜੁੜ ਜਾਣ ਜਿੱਥੇ ਰਿਜ਼ਕ ਜੁੜਿਆ ਹੋਵੇ। ਸਾਡਾ ਰਿਜ਼ਕ ਅੰਗਰੇਜ਼ੀ 'ਚ ਜੁੜਿਆ ਹੋਇਆ ਜਾਂ ਉਰਦੂ ਨਾਲ ਜੁੜਿਆ ਹੋਇਆ, ਇਸ ਵਾਸਤੇ ਸਾਡੀਆਂ ਮਾਵਾਂ ਜਾਂ ਸਾਡੇ ਵਾਲਦਿਆਂ ਜਾਂ ਸਾਡੇ ਉਸਤਾਦ ਪੰਜਾਬੀ ਨਾਲ ਨਾ ਪਿਆਰ ਨਹੀਂ ਕਰਦੇ। ਅਸੀਂ ਅਜਿਹਾ ਯਤਨ ਕਰ ਰਹੇ ਹਾਂ, ਅਸੀਂ ਨਿੱਕੀਆਂ ਨਿੱਕੀਆਂ ਸ਼ਾਇਰੀ ਕਰ ਰਹੇ ਹਾਂ, ਅਸੀਂ ਨਿੱਕੀਆਂ ਨਿੱਕੀਆਂ ਕਹਾਣੀਆਂ ਲਿਖ ਰਹੇ ਹਾਂ, ਅਸੀਂ ਇਹਨਾਂ 'ਚ ਵੀ ਉਹਨਾਂ ਨੂੰ ਇਹੀ ਦੱਸ ਰਹੇ ਹਾਂ ਕਿ ਤੁਹਾਡੀ ਮਾਂ ਬੋਲੀ ਬੜੀ ਅਮੀਰ ਜੇ, ਠੀਕ ਹੈ ਨਾ, ਤੁਸੀਂ ਆਪਣੇ ਵਿਰਸੇ ਨਾਲ ਟੁੱਟੋ ਨਾ ਤੁਸੀਂ। ਔਰ ਮੇਰਾ ਦਾਅਵਾ ਹੈ ਕਿ ਜਿਹੜਾ ਆਪਣਾ ਬੱਚਿਆਂ ਦਾ ਪਰਚਾ, ਜਿਹੜਾ ਬੱਚਾ ਇੱਕ ਦਫਾ ਮੇਰੇ ਨਾਲ ਸਾਲ ਪਰਚਾ ਪੜ ਗਿਆ, ਉਹ ਪੰਜਾਬੀ ਨਾਲ ਪਿਆਰ ਜ਼ਰੂਰ ਕਰੇਗਾ, ਉਹਦਾ ਰਿਜ਼ਕ ਅੰਗਰੇਜ਼ੀ ਨਾਲ ਜੁੜ ਜਾਵੇ, ਉਰਦੂ ਨਾਲ ਜੁੜ ਜਾਵੇ, ਕਿਸੇ ਨਾਲ ਜੁੜ ਜਾਵੇ, ਲੇਕਿਨ ਉਹ ਪੰਜਾਬੀ ਨਾਲ ਪਿਆਰ ਜ਼ਰੂਰ ਕਰੇਗਾ। ਬੜੀ ਤੁਸੀਂ ਸੋਹਣੀ ਗੱਲ ਕੀਤੀ ਹੈ। ਇੱਕ ਪਾਸੇ ਸਾਡੇ ਉਹ ਜਿਹੜੇ ਕਹਿੰਦੇ ਨੇ ਸੂਜਵਾਨ, ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਬਾਰੇ ਜੀ, ਪੰਜਾਬੀ ਦੀ ਸੂਰਤ ਹਾਲ ਜਿਹੜੀ ਹੈ ਸਰਕਾਰੀ ਸਤਾ 'ਤੇ ਜਾਂ ਕੌਮੀ ਸਤਾ ਦੇ ਉੱਤੇ ਐਡੀ ਮਜ਼ਬੂਤ ਨਹੀਂ ਹੈਗੀ, ਪਰ ਮੇਰਾ ਇਹ ਕਹਿਣਾ ਹੀ ਕਾਫੀ ਨਹੀਂ ਹੈਗਾ, ਕੁਝ ਕਰਨਾ ਵੀ ਚਾਹੀਦਾ ਹੈਗਾ। ਔਰ ਤੁਸੀਂ ਉਹ ਸਿਪਾਹ ਸਲਾਰ ਜੇ ਔਰ ਉਹ ਮੈਦਾਨ ਦੇ ਸਾਥੀ ਜੇ ਜਿਹੜੇ ਕਰ ਰਹੇ ਨੇ, ਔਰ ਮੈਂ ਤੁਹਾਡੇ ਨਾਲ ਸਹਿਮਤ ਹੈਗਾ। ਕਿਉਂ ਜੀ ਪਰਮਜੀਤ ਜੀ, ਕਰਨ ਦੇ ਨਾਲ ਫਰਕ ਪੈਂਦਾ, ਉਹ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਹੈਗਾ, ਤੁਰੀ ਤਾਂ ਕੀੜੀ ਵੀ ਮਾਣ ਨਹੀਂ, ਬਿਲਕੁਲ, ਉਹ ਵੀ ਕਿਤੇ ਨਾ ਕਿਤੇ ਪਹੁੰਚ ਜਾਂਦੀ ਹੈ, ਬਿਲਕੁਲ। ਤੇ 20 ਵਰਿਆਂ ਪਹਿਲੇ ਜਦੋਂ ਇਹ ਸ਼ੁਰੂ ਕੀਤਾ ਸੀ ਤੁਸੀਂ ਔਰ ਅੱਜ 20 ਵਰਿਆਂ ਬਾਅਦ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ ਹੈ? 20 ਸਾਲ ਪਹਿਲੇ ਜਦੋਂ ਮੈਂ ਪੇਪਰ ਸ਼ੁਰੂ ਕੀਤਾ ਉਦੋਂ ਪੇਪਰ ਦੀ ਸ਼ਾਇਦ 500 ਸੀ ਔਰ 500 ਦਾ 500 ਫਰੀ ਤਕਸੀਮ ਹੁੰਦਾ ਸੀ, ਔਰ ਕੋਈ ਵੀ ਮੈਨੂੰ ਐਪਰੀਸ਼ੀਏਟ ਨਹੀਂ ਸੀ ਕਰਦਾ ਮੇਰੇ ਕੰਮ ਨੂੰ। ਉਹਨਾਂ ਸ਼ਾਇਦ ਸਮਝਾਏਗਾ ਕਿ ਬੰਦਾ ਥੱਕ ਜਾਏਗਾ ਸਾਲ 2 ਸਾਲ ਬਾਅਦ 3 ਸਾਲ ਬਾਅਦ, ਲੇਕਿਨ ਮੈਂ ਸਮਝਦਾ ਕਿ ਕੁਦਰਤ ਮੇਰੇ ਅੰਦਰ ਕੋਈ ਐਸੀ ਜਾਗ ਜਾਂ ਮੇਰੇ ਅੰਦਰ ਕੋਈ ਐਸੀ ਅੱਗ ਲਾਈ ਸੀ ਜੇ ਮੈਨੂੰ ਕੰਮ ਕਰਨ 'ਤੇ ਮਜਬੂਰ ਕਰਦੀ ਸੀ, ਔਰ ਮੈਂ ਕੰਮ ਕਰਦਾ ਰਿਹਾ ਵਾਂ। ਔਰ ਇਹ ਹੁਣ 20 ਸਾਲ ਬਾਅਦ ਮੈਂ ਮਹਿਸੂਸ ਕਰਨਾ ਵਾਂ ਕਿ ਮੈਂ ਆਪਣੇ ਮਕਸਦ 'ਚ ਬਹੁਤ ਜ਼ਿਆਦਾ ਕਾਮਯਾਬ ਰਿਹਾ ਵਾਂ, ਠੀਕ ਹੈ ਨਾ। ਦੇਖੋ, ਅਗਰ ਕਮਰਾ ਬਿਲਕੁਲ ਹਨੇਰਾ ਹੈ, ਅਗਰ ਤੁਸੀਂ ਮਾਛੀ ਤੀਲੀ ਬਾਲਦੇ ਹੋ ਤਾਂ ਚਾਨਣ ਥੋੜ੍ਹਾ ਜਿਹਾ ਜ਼ਰੂਰ ਹੁੰਦਾ। ਮੈਂ ਸਮਝਦਾ ਐਡੇ ਵੱਡੇ ਪੰਜਾਬ 'ਚ ਅਗਰ ਮੈਂ ਇੱਕ ਪੇਪਰ ਕੱਢ ਕੇ ਯਤਨ ਕਰ ਰਿਹਾ ਵਾਂ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਜੋੜਨ ਦੀ, ਠੀਕ ਹੈ, ਉਹਨਾਂ ਦੀਆਂ ਉਹਨਾਂ ਨੂੰ ਲਤੀਫੇ, ਉਹਨਾਂ ਦੇ SMS, ਉਹਨਾਂ ਕੋਲ ਸ਼ਾਇਰੀ ਸਵਾਰ ਕੇ ਛਾਇਆ ਕਰਨਾ ਵਾਂ, ਉਹਨਾਂ ਵਾਸਤੇ ਇੱਕ ਅੱਛਾ ਲਿਟਰੇਚਰ ਕਰਨਾ ਵਾਂ। ਇਹ ਖਾਲੀ ਬੱਚਿਆਂ ਦਾ ਅਦਬ ਨਹੀਂ ਗਿਆ, ਇਹ ਪੂਰੇ ਪੰਜਾਬ ਨੂੰ ਬਚਾਉਣ ਵਾਸਤੇ ਅਦਬ ਹੈ। ਇਹਦੇ 'ਚ ਇਹ ਵੀ ਗਿਆ ਕਿ ਆਪਣੇ ਆਪਣੇ ਪੰਜਾਬ ਨੂੰ ਹਰਾ ਭਰਾ ਕਿਸਾਨ ਰੱਖਣਾ, ਅਸੀਂ ਆਪਣੇ ਪੰਜਾਬ ਨੂੰ ਬੰਜਰ ਨਹੀਂ ਹੋਣ ਦੇਣਾ, ਠੀਕ ਹੈ, ਅਸੀਂ ਸੁਸਾਇਟੀਆਂ ਨਹੀਂ ਬਣਨ ਦੇਣੀਆਂ, ਅਸੀਂ ਸੁਸਾਇਟੀਆਂ ਬਣਾਓ ਲੇਕਿਨ ਰੁੱਖ ਜ਼ਰੂਰ ਲਾਓ, ਠੀਕ ਹੈ। ਅੱਛਾ, ਆਪਣੇ ਪੰਜਾਬ ਦੇ ਵਿੱਚੋਂ ਉਹ ਜੋ ਚੀਜ਼ਾਂ ਖਤਮ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ, ਪੰਜਾਬੀ ਸਕਾਫਤ ਨੂੰ, ਵਿਰਸੇ ਨੂੰ ਬਚਾਉਣ ਵਾਸਤੇ ਵੀ ਬੱਚਿਆਂ ਨੂੰ ਇਹਦੇ 'ਚ ਪ੍ਰੇਰਣਾ ਸ਼ਾਮਿਲ ਹੁੰਦੀ ਹੈ। ਉਹ ਫਿਰ ਜਿਹੜਾ ਵੀ ਵੱਡਾ ਪੜ੍ਹਦਾ ਜਾਂ ਕੋਈ ਬੱਚਾ ਪੜ੍ਹਦਾ, ਠੀਕ ਹੈ ਨਾ, ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਜਦੋਂ ਪਰਚਾ ਅਖਬਾਰ ਮਾਰਕੀਟ ਜਾਂਦਾ ਤਾਂ ਲੋਕ 3-4 ਦਿਨ ਪਹਿਲੇ ਮੈਨੂੰ ਫੋਨ ਕਰਨਾ ਸ਼ੁਰੂ ਕਰਦੇ ਨੇ, ਯਾਰ ਪਰਚਾ ਮਾਰਕੀਟ 'ਚ ਨਹੀਂ ਆਇਆ, ਅਜੇ ਤੱਕ ਨਹੀਂ ਆਇਆ ਪਰਚਾ, ਮੈਂ 26 ਤਰੀਕ ਨੂੰ 4 ਦਿਨ ਪਹਿਲੇ ਮਾਰਕੀਟ 'ਚ ਕਰ ਲਵਾਂ, ਠੀਕ ਹੈ। ਔਰ ਇਹ ਸਭ ਲੋਕਾਂ ਦੇ ਫੋਨ, ਇਹਨਾਂ ਦੇ ਖਤ, ਇਹਨਾਂ ਦਾ ਸਾਰਾ ਕੁਝ ਮੈਨੂੰ ਹੌਂਸਲਾ ਦਿੰਦੇ ਨੇ ਮਜ਼ੀਦ ਕੰਮ ਕਰਨ ਦਾ ਕਿ ਮੈਂ ਅੱਗੇ ਕੰਮ ਕਰਾਂ। ਔਰ ਇਹ ਖਾਲੀ ਬੱਚਿਆਂ ਦਾ ਅਦਬ ਨਹੀਂ ਹੈ, ਸਾਰਾ ਉਹ ਪਨੀਰ ਹੀ ਹੈ, ਇਹ ਉਹ ਜਾਗ ਹੈ ਜਿਹੜਾ ਮੈਂ ਲਾ ਰਿਹਾ ਵਾਂ। ਮੈਨੂੰ ਇਸ ਚੀਜ਼ 'ਤੇ ਫਖਰ ਹੈ ਕਿ ਖਾਲਿਸਾ ਕੋਈ ਰੁੱਖ ਹੈਗਾ ਉਹਨੂੰ ਪੱਤੇ ਝਾੜਨਾ ਕੁਛ ਨਹੀਂ ਬਣਦਾ, ਜਦੋਂ ਤੱਕ ਤੁਸੀਂ ਉਹਦੇ ਬੀਜ ਨਹੀਂ ਸੁੱਟੋਗੇ ਰੁੱਖ ਨਾ ਰੁੱਖ ਨਹੀਂ ਉਗਾਓਗੇ। ਅੱਜ ਜਿਹੜੇ ਅੰਬ ਖਾ ਰਹੇ ਹਾਂ ਉਹ ਸਾਡੇ ਵੱਡਿਆਂ ਨੇ ਲਾਏ ਸਨ, ਅਸੀਂ ਕੀ ਲਾ ਰਹੇ ਹਾਂ ਆਪਣੇ ਬੱਚਿਆਂ ਵਾਸਤੇ, ਅਸੀਂ ਆਪਣੇ ਮੁਸਤਕਬਲ ਲਈ ਕੀ ਛੱਡ ਕੇ ਜਾ ਰਹੇ ਹਾਂ। ਮੇਰੇ ਤੋਂ ਮਗਰੋਂ ਜਿਹੜੇ ਕੰਮ ਕਰਨ ਉਹਨਾਂ ਵਾਸਤੇ ਇੱਕ ਰਹਿਨਮਾਈ ਹੋਏਗਾ ਪਰਚਾ, ਉਹਨਾਂ ਨੂੰ ਲਿਟਰੇਚਰ ਗੁਰਮੁਖੀ ਦਾ, ਹਿੰਦੀ ਦਾ, ਅੰਗਰੇਜ਼ੀ ਦਾ ਟ੍ਰਾਂਸਲੇਟ ਨਹੀਂ ਕਰਨਾ ਪਏਗਾ, ਉਹਦੇ ਵਾਸਤੇ ਇੱਕ ਪਰਚਾ ਜਿਹੜੀ ਰਹਿਨਮਾਈ ਹੋਏਗੀ। ਅਸੀਂ ਸਦਾ ਨਹੀਂ ਲੈਣਾ, ਅਸੀਂ ਇੱਕ ਵਰਕ ਛੱਡ ਕੇ ਜਾ ਰਹੇ ਹਾਂ, ਇਹਦੇ ਉੱਤੇ ਬੰਦੇ ਕੰਮ ਕਰਨਗੇ। ਬਿਲਕੁਲ ਸੇਲ ਸਰ, ਮੈਨੂੰ ਤੁਹਾਡੀਆਂ ਗੱਲਾਂ ਤੋਂ ਲੱਗਦਾ ਹੈ ਵੀ ਤੁਹਾਨੂੰ ਇਹਦੇ ਵਿੱਚ ਬਹੁਤ ਹਿੰਮਤ ਦੇ ਨਾਲ ਤੁਹਾਨੂੰ ਸੰਘਰਸ਼ ਬਹੁਤ ਕਰਨਾ ਪਿਆ ਇਸ ਵਿੱਚ। ਤੁਹਾਨੂੰ ਹੁਣ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਤੋਂ ਤੁਹਾਨੂੰ ਸਕੂਨ ਵੀ ਮਿਲਿਆ ਇਸ ਕੰਮ 'ਤੇ, ਤੁਸੀਂ ਜਿਹੜਾ ਕੰਮ ਵਧੀਆ ਕੀਤਾ ਇਹ ਤੁਹਾਡੇ ਮਨ ਨੂੰ ਹੁਣ ਸ਼ਾਂਤੀ ਆ, ਸਕੂਨ ਵੀ ਤੁਸੀਂ ਹਾਸਲ ਕੀਤਾ ਇਸ ਕੰਮ ਤੋਂ। ਬਿਲਕੁਲ ਸਰ, ਜਿਹੜਾ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਸਟਰਗਲ ਦੀ, ਔਰ ਇਹਦੇ ਲਈ ਅਸੀਂ ਕਿ ਸਾਡੇ ਪੰਜਾਬ ਵੀ, ਕਿਉਂਕਿ ਪੰਜਾਬੀ ਨੂੰ ਇੰਨੀ ਮਾਨਤਾ ਹਾਸਲ ਨਹੀਂ ਹੈ, ਇਸ ਕੰਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਜਿਸ ਕੰਮ 'ਚ ਵਰਤਕ ਨਾ ਹੋਵੇ, ਜਿਸ ਕੰਮ 'ਚ ਫਾਇਦਾ ਨਾ ਹੋਵੇ, ਉਸ ਕੰਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਿ ਯਾਰ ਬੇਵਕੂਫ ਟਾਈਪ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ। ਲੇਕਿਨ ਮੈਂ ਸਮਝਦਾ ਕੁਦਰਤ ਜਿਹੜੀ ਹੈ ਉਹਦੇ ਫੈਸਲੇ ਆਪਣੇ ਹੁੰਦੇ ਨੇ, ਠੀਕ ਹੈ ਨਾ। ਮੈਂ ਸਮਝਦਾ ਕਿ ਮੇਰੇ ਤੋਂ ਬਾਅਦ ਹੋਰ ਬੰਦੇ ਕੰਮ ਕਰਨ ਵਾਲੇ ਆਉਣਗੇ, ਉਹ ਮੇਰੇ ਤੋਂ ਚੰਗਾ ਕੰਮ ਕਰਨਗੇ ਆ ਕੇ, ਠੀਕ ਹੈ ਨਾ। ਔਰ ਇਹ ਜਿਹੜੀ ਆਪਣਾ ਕੋਸ਼ਿਸ਼ ਜਿਹੜੀ ਹੈ, ਮੈਂ ਅਗਰ ਇੱਥੇ ਕੈਨੇਡਾ ਆਇਆ ਵਾਂ, ਮੇਰੀ ਮੈਂ ਮਨ 'ਚ ਇੱਕ ਉਮੰਗ ਲੈ ਕੇ ਆਇਆ ਸਾਂ ਕਿ ਇੱਥੇ ਮੈਂ ਬੱਚਿਆਂ ਦੇ ਅਦਬ ਦਾ ਇੱਕ ਬੂਟਾ ਲਾ ਕੇ ਜਾਵਾਂਗਾ, ਇੱਥੇ ਜਿਹੜੀ ਅਖਬਾਰਾਂ ਛਾਪਿਆਂ ਨੂੰ ਕਹਿ ਕੇ ਜਾਵਾਂਗਾ ਕਿ ਤੁਸੀਂ ਇੱਕ ਬੱਚਿਆਂ ਦਾ ਸਫ਼ਾ ਸ਼ੁਰੂ ਕਰੋ। ਤੁਸੀਂ ਅਗਰ ਤੁਹਾਨੂੰ ਮੈਟਰ ਨਹੀਂ ਹੈ, ਇੱਕ ਗੱਲ ਵੀ ਆਮ ਤੌਰ 'ਤੇ ਦੋਸਤ ਕਹਿੰਦੇ ਬੱਚਿਆਂ ਦਾ ਮੈਟਰ ਨਹੀਂ ਹੈ, ਅੱਜ ਕੱਲ੍ਹ ਇੰਟਰਨੈਟ ਦਾ ਦੌਰ ਹੈ, ਫੇਸਬੁੱਕ ਦਾ ਦੌਰ ਹੈ, ਤੁਸੀਂ ਥੋੜ੍ਹਾ ਜਿਹਾ ਇੱਕ ਜਾਗ 'ਤੇ ਲਾਓ, ਤੁਸੀਂ ਕੋਈ ਬੀਜ 'ਤੇ ਬੀਜੋ,
ਤੁਸੀਂ ਅਜੀਤ ਅਖਬਾਰ ਤੋਂ ਚੁੱਕ ਲਓ, ਤੁਸੀਂ ਨਵੇਂ ਜ਼ਮਾਨੇ ਤੋਂ ਚੁੱਕ ਲਓ, ਤੁਸੀਂ ਪੰਜਾਬੀ ਟ੍ਰਿਬਿਊਨ ਤੋਂ ਚੁੱਕ ਲਓ, ਤੁਹਾਡੇ ਬਹੁਤ ਲਿਟਰੇਚਰ ਹੈ, ਤੁਸੀਂ ਛਪੋਗੇ ਇੱਥੇ ਬੱਚਿਆਂ ਦੀ ਨਜ਼ਰ 'ਚ ਗੁਜ਼ਰੇਗਾ, ਵੱਡੇ ਦੀ ਨਜ਼ਰ 'ਚ ਗੁਜ਼ਰੇਗਾ, ਕੋਈ ਇੱਥੋਂ ਹੀ ਬੂਟਾ ਪੋਂਗਰ ਪਵੇਗਾ। ਫਿਰ ਤੁਸੀਂ ਕੋਈ ਸਾਲ 2 ਸਾਲ ਬਾਅਦ, 5 ਸਾਲ ਬਾਅਦ, 10 ਸਾਲ ਬਾਅਦ ਬੱਚਿਆਂ ਦੇ ਪੇਪਰ ਵੀ ਸ਼ੁਰੂ ਹੋ ਸਕਦਾ। ਹਾਲਾਤ ਬਦਲ ਜਾਂਦੇ ਹਨ, ਲੇਕਿਨ ਤੁਸੀਂ ਬੀਜ ਨਹੀਂ ਸੁੱਟ ਰਹੇ, ਤੁਸੀਂ ਬੀਜ ਉਗਾ ਨਹੀਂ ਰਹੇ, ਲੇਕਿਨ ਜਿਹੜੀ ਕਹਾਣੀ ਇੱਥੇ ਤਖਲੀਕ ਹੋਏਗੀ ਉਹ ਬੱਚਿਆਂ ਦਾ ਇੱਕ ਨਵਖਾ ਹੀ ਨਮੂਨਾ ਹੋਏਗੀ। ਇੱਥੇ ਬੱਚਿਆਂ ਦੇ ਆਪਣੇ ਮਸਾਇਲ ਨੇ, ਇੱਥੇ ਬੱਚਿਆਂ ਦੇ ਆਪਣੀਆਂ ਖੂਬਸੂਰਤੀ ਹੈ ਧਰਤੀ ਦੀ, ਉਹ ਨਜ਼ਮਾਂ 'ਚ, ਬੱਚਿਆਂ ਦੀ ਨਜ਼ਮਾਂ 'ਚ ਨਜ਼ਰ ਆਵੇਗੀ, ਬੱਚਿਆਂ ਦੀ ਕਹਾਣੀ 'ਚ ਨਜ਼ਰ ਆਵੇਗੀ। ਸੁਹੇਲ ਸਰ, ਜਿੱਦਾਂ ਤੁਸੀਂ ਪਹਿਲੀ ਵਾਰੀ ਆਏ ਹੋ ਕੈਨੇਡਾ ਜੀ? ਮੈਂ ਪਹਿਲੀ ਦਫਾ ਆਇਆ ਹਾਂ। ਅਤੇ ਤੁਹਾਨੂੰ ਜਦੋਂ ਤੁਸੀਂ ਹੁਣ ਆਏ ਹੋ, ਪਹਿਲੀ ਦਫਾ ਤੁਸੀਂ ਆਏ ਹੋ, ਅਤੇ ਤੁਹਾਨੂੰ ਕਿਵੇਂ ਇੱਥੇ ਦਾ ਕੋਈ ਪੰਜਾਬ ਰੰਗ ਜਿਹੜਾ ਆ ਉਹ ਤੁਹਾਨੂੰ ਇੱਥੇ ਮਿਲਿਆ, ਜਿੱਦਾਂ ਤੁਹਾਨੂੰ ਉਤਰਦਿਆਂ ਏਅਰਪੋਰਟ ਤੋਂ ਹੀ ਜਾਂ ਤੁਹਾਨੂੰ ਇੱਥੇ ਦਾ ਜਿੰਨੇ ਦਿਨਾਂ ਦਾ ਤੁਹਾਡਾ ਸਫ਼ਰ ਆ ਉਹਦੇ ਵਿੱਚ ਤੁਹਾਨੂੰ ਕੋਈ ਮਿਲਿਆ ਵੀ ਥੋੜ੍ਹਾ ਵਾਲਾ ਤੁਸੀਂ ਸੰਤੁਸ਼ਟੀ ਹਾਸਲ ਕੀਤੀ ਹੈ? ਭੈਣ ਜੀ, ਅਸਲ ਗੱਲ ਹੈ ਕਿ ਏਅਰਪੋਰਟ ਤੋਂ ਲੈ ਕੇ ਅਤੇ ਹੁਣ ਤੱਕ ਮੈਂ ਤੁਹਾਡੇ ਨਾਲ ਹੀ ਹਾਂ, ਅਤੇ ਮੈਂ ਜਿੱਥੇ ਵੀ ਤੁਹਾਡੇ ਨਾਲ ਗਿਆ ਵਾਂ ਅਤੇ ਅੱਜ ਤੁਹਾਡੇ ਨਾਲ ਅਟੈਚ ਰਹਿ ਕੇ ਮੈਂ ਤਾਂ ਹਰ ਜਗ੍ਹਾ ਮੈਨੂੰ ਪੰਜਾਬੀ ਬੋਲਣ ਨੂੰ ਮਿਲੀ ਹੈ, ਮੈਨੂੰ ਕਿਸੇ ਮੁਸ਼ਕਲ ਪੇਸ਼ ਨਹੀਂ ਆਈ। ਔਰ ਮੈਂ ਸੋਚ ਕੇ ਆਇਆ ਸੀ ਕਿ ਮਿੰਨੀ ਪੰਜਾਬ ਹੈ, ਦੱਸਿਆ ਗਿਆ ਸੀ ਉੱਥੇ ਵੀ ਇੱਕ ਪੰਜਾਬ ਵੱਸਦਾ, ਔਰ ਇੱਥੇ ਕਿਉਂਕਿ ਬੱਚਾ ਜ਼ਿਆਦਾ ਮੈਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਮੈਂ ਕਾਨਫਰੰਸ 'ਤੇ ਵੀ ਆਉਣਾ ਸੀ ਸਿਰਫ ਇਸ ਵਾਸਤੇ ਕਿ ਮੇਰੇ ਇੰਡੀਆ ਦੇ ਦੋਸਤ ਹਨ, ਇੱਕ ਬੱਚਿਆਂ ਦੇ ਹੱਥ ਵਿੱਚ ਰਾਈਟਰ ਸਨ, ਉਹਨਾਂ ਨੇ ਵੀ ਆਉਣਾ ਸੀ, ਤਾਂ ਅਸੀਂ ਰਲ ਕੇ ਭਾਵੇਂ ਸਾਨੂੰ ਮਹੀਨਾ ਲੈਣਾ ਪੈਂਦਾ ਸੀ, ਬੂਟਾ ਲਾ ਕੇ ਜਾਣਾ ਸੀ, ਅਸੀਂ ਇੱਕ ਪਰਚਾ ਛਾਪ ਕੇ ਜਾਣਾ ਸੀ ਇੱਥੋਂ, ਠੀਕ ਹੈ ਨਾ? ਅਸੀਂ ਵੈਸੇ ਨਹੀਂ ਸੀ ਜਾਣਾ, ਅਸੀਂ ਇੱਕ ਪੇਪਰ ਛਾਪ ਕੇ ਜਾਣਾ ਸੋਚਿਆ ਹੋਇਆ ਸੀ ਕਿ ਪੇਪਰ ਛਾਪ ਕੇ ਜਾਣਾ, ਲੇਕਿਨ ਹੁਣ ਕਿਉਂਕਿ ਮੇਰਾ ਉਹ ਸਾਥੀ ਨਹੀਂ ਆਇਆ ਜਾਂ, ਤਾਂ ਇਸ ਵਾਸਤੇ ਫਿਰ ਮੈਂ ਜਲਦੀ ਮੇਰੀ ਵਾਪਸੀ ਹੈ। ਮੈਂ ਤੁਹਾਡੇ ਅੱਗੇ ਦਰਖਾਸਤ ਕਰਾਂਗਾ, ਜਿਹੜੇ ਪੇਪਰ ਛਪ ਰਹੇ ਨੇ ਕੈਨੇਡਾ ਤੋਂ ਉਹਨਾਂ ਨੂੰ ਦਰਖਾਸਤ ਕਰਾਂਗਾ, ਤੁਸੀਂ ਆਪਣੇ ਮੈਗਜ਼ੀਨ ਦੇ ਵਿੱਚ ਹਫ਼ਤੇ ਬਾਅਦ ਛਪਦਾ, ਮਹੀਨੇ ਬਾਅਦ ਉਹਦੇ ਬੱਚਿਆਂ ਸਫ਼ਾ ਜ਼ਰੂਰ ਲਾਓ, ਮੈਟਰ ਬਹੁਤ, ਮੈਟਰ 'ਚ ਕੋਈ ਕਮੀ ਨਹੀਂ ਹੈ। ਤੁਸੀਂ ਮਹੀਨੇ ਬਾਅਦ ਮਹਿਸੂਸ ਕਰੋ, 2 ਮਹੀਨੇ ਬਾਅਦ ਮਹਿਸੂਸ ਕਰੋ, ਕੋਈ ਨਾ ਕੋਈ ਬੂਟਾ ਪੁੰਗਰੇਗਾ ਇੱਥੋਂ, ਐਸੀ ਗੱਲ ਨਹੀਂ ਹੈ। ਦੇਖੋ, ਬੜੀ ਤੁਸੀਂ ਸੋਹਣੀ ਗੱਲ ਕੀਤੀ ਹੈ ਕਿ ਬੱਚਿਆਂ ਦਾ ਅਸੀਂ ਇੱਕ ਅੱਧ ਸਫ਼ਾ ਜ਼ਰੂਰ ਛਾਪੀ ਇੱਥੇ ਜਿਹੜੇ ਅਖਬਾਰ ਨੇ, ਪਰ ਸੱਚੀ ਤੁਹਾਨੂੰ ਗੱਲ ਦੱਸਦੇ ਹਾਂ, ਇੱਥੇ 2 ਲਿਪੀਆਂ ਨੂੰ ਪੜ੍ਹਨ ਵਾਲੇ ਪੰਜਾਬੀ ਨੇ, ਇੱਕ ਸ਼ਾਹਮੁਖੀ ਨੂੰ ਪੜ੍ਹਨ ਵਾਲੇ, ਇੱਕ ਗੁਰਮੁਖੀ ਨੂੰ ਪੜ੍ਹਨ ਵਾਲੇ। ਮੈਂ ਸਲਾਮ ਕਰਨਾ, ਸਲਿਊਟ ਕਰਨਾ ਗੁਰਮੁਖੀ ਦੇ, ਉਹ ਜੁੜੇ ਹੋਏ ਨੇ ਪੜ੍ਹਾਈ ਦੇ ਨਾਲ, ਜਿਹੜੇ ਬਦਕਿਸਮਤੀ ਨਾਲ ਸਾਡੇ ਸ਼ਾਹਮੁਖੀ ਦੇ ਜੁੜੇ ਹੋਏ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਜਿਹੜੇ ਇੱਥੇ ਕੋਈ 3 ਲੱਖ ਦੇ ਕਰੀਬ ਜੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, ਉਹ ਅਨਫੋਰਚੁਨੇਟਲੀ ਨਹੀਂ ਜੁੜੇ ਹੋਏ। ਉਹਨਾਂ ਦੇ ਨਿਆਣੇ ਕਿੰਨੇ ਕੁ ਜੁੜੇ ਹੋਏ ਹੋਣਗੇ, ਇੱਕ ਹੋਰ ਅੱਗੇ ਸਵਾਲ ਹੈਗਾ। ਪਰਮਜੀਤ ਜੀ ਨੂੰ ਮੈਂ ਸਵਾਲ ਦੇ ਨਾਲ ਸ਼ਾਮਿਲ ਕਰਨਾ, ਕਿਆ ਪਰਮਜੀਤ ਜੀ ਜਿਵੇਂ ਚੜ੍ਹਦੇ ਪੰਜਾਬ ਦੇ ਪੰਜਾਬੀ ਜਿਹੜੇ ਕੈਨੇਡੀਅਨ ਪੰਜਾਬੀ ਇੱਥੇ ਨੇ, ਉਹ ਜਿਹੜੇ ਨੇ ਨਿਆਣੇ ਉਹਨਾਂ ਦੇ ਪੜ੍ਹ ਰਹੇ ਨੇ ਗੁਰਮੁਖੀ ਫਿਰ ਵੀ, ਲੇਕਿਨ ਸਾਰੇ ਨਹੀਂ ਪੜ੍ਹ ਰਹੇ। ਬਿਲਕੁਲ, ਇਹ ਸਾਰੀ ਜਿਹੜੀ ਸਮੱਸਿਆ ਜਿਹੜੀ ਅਸ਼ਰਫ ਸਾਹਿਬ ਵੀ ਕਹਿ ਰਹੇ ਨੇ, ਜਿਹੜੀ ਤੁਹਾਨੂੰ ਵੀ ਹੁੰਦੀ ਹੈ, ਮੈਨੂੰ ਵੀ ਹੁੰਦੀ ਹੈ ਵੇਖਣ ਨੂੰ ਆਉਂਦੀ ਹੈ, ਉਹਦਾ ਕਿਆ ਹੱਲ ਅਸੀਂ ਲਿਪੀ ਨੂੰ ਰੋਮਨ 'ਚ ਕਰ ਦਈਏ, ਕੀ ਕਰੀਏ? ਤੁਸੀਂ ਇਹਦਾ ਕੁਛ ਥੋੜ੍ਹਾ ਜਿਹਾ ਤੁਸੀਂ ਵੀ ਦਿਓ ਵਿਚਾਰ, ਅਤੇ ਫਿਰ ਅਸੀਂ ਸੁਹੇਲ ਸਾਹਿਬ ਨੂੰ ਪੁੱਛਣੇ ਹੈਗੇ ਹਾਂ ਕਿ ਇਹਨਾਂ ਦੀ ਕੀ ਰਾਏ ਹੈਗੀ, ਕੀ ਇਹਨੂੰ ਅਸੀਂ ਮਸਲੇ ਨੂੰ ਕਿਵੇਂ ਹੱਲ ਕਰੀਏ? ਗੋਰਾ ਸਾਹਿਬ, ਇੱਕ ਤਾਂ ਪਹਿਲਾਂ ਆਪਾਂ ਘਰਾਂ ਦੇ ਵਿੱਚ ਵੀ ਆਪਾਂ ਕਹਿੰਦੇ ਜਿਹੜੀ ਇੱਕ ਹੋਰ ਭਾਸ਼ਾ ਆਪਾਂ ਆਜ਼ਾਦ ਹੋ ਰਹੀ ਆ ਉਹ ਪਿੰਗਲਿਸ਼ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਹਾਂ, ਆਪਾਂ ਉਹ ਮਿਕਸ ਕਰਕੇ ਆਪਾਂ ਜਿਹੜੀ ਹਿੰਦੀ ਜਾਂ ਇੰਗਲਿਸ਼ ਜਾਂ ਪੰਜਾਬੀ ਅਤੇ ਇੰਗਲਿਸ਼ ਨੂੰ ਆਪਾਂ ਜੋੜ ਕੇ ਬੋਲਦੇ ਹਾਂ, ਅਤੇ ਉਹਨੂੰ ਆਪਾਂ ਪਿੰਗਲਿਸ਼ ਭਾਸ਼ਾ ਜਿਹੜੀ ਆਜ਼ਾਦ ਕਰ ਦਿੱਤੀ ਬੱਚਿਆਂ ਦੇ ਨਾਲ, ਉਹਦਾ ਥੋੜ੍ਹਾ ਜਿਹਾ ਆਪਾਂ ਨੂੰ ਲੱਗਦਾ ਵੀ ਪੇਰੈਂਟਸ ਨੂੰ ਉਹ ਤੋਂ ਥੋੜ੍ਹਾ ਜਿਹਾ ਗਰੇਜ ਕਰਨਾ ਚਾਹੀਦਾ ਆ, ਅਤੇ ਬੱਚੇ ਉਹਦੇ ਨਾਲ ਵਧੀਆ ਜੁੜ ਸਕਦੇ ਆ। ਬਾਕੀ ਸਾਰੇ ਤਾਂ ਨਹੀਂ ਜੁੜ ਰਹੇ, ਉਹਦੇ ਉੱਤੇ ਵੀ ਮੈਂ ਤੁਹਾਨੂੰ ਇੱਥੇ ਹੈਗੀ ਆ, ਆਪਾਂ ਕੰਮ ਕਰਦੇ ਆ, ਸਾਰਿਆਂ ਦੀਆਂ ਆਪੋ ਆਪਣੀਆਂ ਮਜਬੂਰੀਆਂ ਆ, ਸਾਰਿਆਂ ਕੋਲ ਇੰਨਾ ਟਾਈਮ ਨਹੀਂ ਹੈਗਾ, ਉਹਨਾਂ ਨੇ ਬਾਹਰ ਵੀ ਕੰਮ ਕਰਕੇ ਆਉਣਾ, ਘਰ ਵੀ ਕਰਨਾ ਹੈ ਆਣ ਕੇ, ਉਹ ਬੱਚਿਆਂ ਨੂੰ ਇਸ ਕਰਕੇ ਵੀ ਪੂਰਾ ਧਿਆਨ ਜਾਂ ਉਹਨਾਂ ਨੂੰ ਨਹੀਂ ਕਰ ਸਕਦੇ ਹੈਗੇ ਵੀ ਪੂਰੇ ਉਹਦੇ ਨਾਲ ਆਪਣੀ ਭਾਸ਼ਾ ਦੇ ਨਾਲ ਜੋੜ ਦੇਣ, ਇਹ ਮਜਬੂਰੀਆਂ ਸਹਿਲ ਸਾਹਿਬ ਇੱਥੇ ਕਈ ਆਉਂਦੀਆਂ। ਨਹੀਂ ਭੈਣ ਜੀ, ਇਹ ਗੱਲ ਨਹੀਂ ਹੈਗੀ, ਚੀਜ਼ਾਂ ਹੁੰਦੀਆਂ ਕਿ ਅਸਲ ਜੋ ਚੀਜ਼ ਮੈਂ ਉੱਥੇ ਬੈਠ ਮਹਿਸੂਸ ਕਰਨਾ ਹੈਗੀ, ਇੱਥੇ ਲੋਕ ਪੈਸਾ ਕਮਾਉਣ ਆਏ ਨੇ, ਪਰ ਇੰਨਾ ਪੈਸਾ ਨਾ ਕਮਾਓ, ਇੰਨੇ ਨਾਲ ਜੁੜ ਜਾਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਤੋੜ ਲਵੋ। ਤੁਹਾਡੀ ਨਵੀਂ ਨਸਲ ਨੂੰ ਪਤਾ ਨਹੀਂ ਲੱਗਿਆ ਸਾਡੀ ਨਾਨੀ ਦਾਦੀ ਕਿਹੜੀ ਜ਼ਬਾਨ ਬੋਲਦੀਆਂ ਸਨ, ਤੁਹਾਡੇ ਬੱਚਿਆਂ ਨੂੰ ਪਤਾ ਨਾ ਲੱਗਿਆ ਕਿ ਸਾਡਾ ਵਿਰਸਾ ਕੀ ਹੈ, ਸਾਡੀਆਂ ਨਾਨੀ ਦਾਦੀ ਕਿੱਥੇ ਰਹਿੰਦੀਆਂ ਸਨ, ਸਾਡੀ ਧਰਤੀ ਦੇ ਕਿਹੜੇ ਫਲ ਉੱਗਦੇ ਸਨ। ਇੰਨੇ ਤਾਂ ਨਾ ਟੁੱਟ ਜਾਓ ਨਾ ਆਪਣੀ ਧਰਤੀ ਨਾਲੋਂ, ਤੁਸੀਂ ਠੀਕ ਹੈ ਪੈਸਾ ਕਮਾਉਣ ਆਇਓ, ਲੇਕਿਨ ਪੈਸੇ ਕਮਾਉਣ 'ਚ ਇੰਨਾ ਨਾ ਰੁੱਝ ਜਾਓ ਕਿ ਆਪਣੇ ਆਪ ਨੂੰ ਭੁੱਲ ਜਾਓ, ਆਪਣੀ ਨਵੀਂ ਨਸਲ ਨੂੰ ਜੋੜ ਕੇ ਰੱਖੋ ਆਪਣੇ ਨਾਲ, ਠੀਕ ਹੈ, ਉਹਨਾਂ ਲਈ ਕੁਝ ਕਰੋ। ਔਰ ਗੋਰਾ ਜੀ, ਮੈਂ ਤੁਹਾਨੂੰ ਗੱਲ ਦੱਸਾਂਗਾ ਹੋਰ ਵੀ, ਮੇਰੇ 'ਚ ਹੈ ਕਿਉਂਕਿ ਮੇਰਾ ਇਸ਼ਕ ਹੈਗਾ ਸਾਰਾ ਕੰਮ, ਮੈਂ ਚਾਹੁੰਦਾ ਸੀ ਕਿ ਚੜ੍ਹਦੇ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ ਬੱਚਿਆਂ ਲਈ ਟੀ ਵੀ ਚੈਨਲ ਹੋਣਾ ਚਾਹੀਦਾ, ਠੀਕ ਹੈ, ਇਸ ਤਰ੍ਹਾਂ ਇੱਕ ਕੈਨੇਡਾ ਤੋਂ ਟੀ ਵੀ 'ਚ ਚੈਨਲ ਹੋਣਾ ਚਾਹੀਦਾ ਜਿਹੜਾ ਸਿਰਫ ਬੱਚਿਆਂ ਵਾਸਤੇ ਹੋਵੇ, ਠੀਕ ਹੈ। ਅੱਛਾ, ਬੱਚਿਆਂ ਦੀ ਬਹੁਤ ਸਾਰੀ ਮਸਨੂਆਤ ਨੇ ਜਿਹੜੀਆਂ ਕਿ ਤੁਹਾਨੂੰ ਐਡ ਦੇਣਗੀਆਂ, ਤੁਹਾਨੂੰ ਐਂਟਰਟੇਨਮੈਂਟ ਵਾਸਤੇ ਪੈਸੇ ਦੇਣਗੀਆਂ, ਉਹਨਾਂ ਮਜਬੂਰ ਕੀਤਾ ਜਾਵੇ, ਉੱਥੇ ਸਰਕਾਰਾਂ ਮਜਬੂਰ ਕਰ ਸਕਦੀਆਂ ਨੇ, ਇਹ
ਬੱਚਿਆਂ ਦੇ ਪ੍ਰੋਗਰਾਮ ਵਾਸਤੇ, ਬੱਚਿਆਂ ਨੂੰ ਜਦੋਂ ਉਹਨਾਂ ਦੇ ਹਾਂ ਦਾ ਪ੍ਰੋਗਰਾਮ ਮਿਲੇਗਾ, ਮੈਂ ਯਕੀਨਾਂ ਕਹਿੰਦਾ ਵਾਂ ਇੱਥੇ ਬੂਟੇ ਜ਼ਰੂਰ ਉੱਗਣਗੇ, ਇੱਥੇ ਰੁੱਖ ਵੀ ਲੱਗਣਗੇ, ਇੱਥੇ ਬੱਚੇ ਸਭ ਕੁਛ ਕਰਨਗੇ, ਮਿੰਨੀ ਪੰਜਾਬ ਵੱਡਾ ਪੰਜਾਬ ਬਣ ਸਕਦਾ। ਲੇਕਿਨ ਸਿਰਫ ਗੱਲ ਹੈਗੀ ਕਿ ਇੱਥੇ ਲੋਕ ਪੈਸੇ ਕਮਾਉਣ ਆਏ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪੈਸੇ ਕਮਾਉਣ ਦੀ ਆੜ ਦੇ ਵਿੱਚ ਆਪਣੇ ਮੁਸਤਕਬਲ ਨੂੰ ਜਿਹੜਾ ਨਾ ਉਹ ਜਾਂ ਆਪਣੀ ਨਵੀਂ ਨਸਲ ਨੂੰ ਤੋੜਦੇ ਪਏ ਹਾਂ ਉਹਦੇ ਨਾਲੋਂ। ਬੜੀ ਸੋਹਣੀ ਗੱਲਾਂ ਕਰ ਰਹੇ ਨੇ ਅਸ਼ਰਫ ਸੁਹੇਲ ਸਾਹਿਬ ਦਰਸ਼ਕੋ, ਔਰ ਜਿਵੇਂ ਕਿ ਇਹ ਪਰਚਾ ਤੋਂ ਛਾਪਦੇ ਨੇ ਲਹਿੰਦੇ ਪੰਜਾਬ ਤੋਂ ਪਖੇਰੂ ਸ਼ਾਹਮੁਖੀ ਦੇ ਵਿੱਚ, ਔਰ 20 ਸਾਲ ਤੋਂ ਛਾਪ ਰਹੇ ਨੇ ਬੱਚਿਆਂ ਦੀਆਂ ਕਹਾਣੀਆਂ, ਬੱਚਿਆਂ ਦੀਆਂ ਨਜ਼ਮਾਂ, ਬੱਚਿਆਂ ਵਾਸਤੇ ਸਾਰੀਆਂ ਗੱਲਾਂ, ਔਰ ਨਾ ਸਿਰਫ ਬੱਚਿਆਂ ਵਾਸਤੇ ਬਲਕਿ ਉਹ ਜਿਹੜੀਆਂ ਗੱਲਾਂ ਜਿਹੜੀਆਂ ਵੱਡੇ ਵੀ ਪੜ੍ਹਨਾ ਚਾਹੁੰਦੇ ਨੇ, ਆਪਣੀ ਲੜਕਪਣ ਨੂੰ ਯਾਦ ਕਰਨਾ ਚਾਹੁੰਦੇ ਨੇ, ਉਹ ਸਾਰੀਆਂ ਇਹਦੇ 'ਚ ਮੌਜੂਦ ਹੈ। ਇਹਨਾਂ ਦੀਆਂ ਗੱਲਾਂ ਸੁਣਦੇ ਹੋਏ ਔਰ ਜਿਹੜੀ ਪੰਜਾਬੀ ਦੀ ਜਿਹੜੀ ਸੂਰਤ ਹਾਲ ਹੈ ਪਰਮਜੀਤ ਜੀ, ਦੇਖਦੇ ਹੋਏ ਕਦੀ ਕਦੀ ਸਾਡਾ ਪੰਜਾਬੀਆਂ ਦਾ ਹੌਸਲਾ ਟੁੱਟ ਜਾਂਦਾ, ਅਸੀਂ ਕਹਿੰਦੇ ਹਾਂ ਕਿ ਪਤਾ ਨਹੀਂ ਕੀ ਬਣਨਾ, ਪਰ ਗੱਲ ਉਹ ਹੋਈ ਜਿਹੜਾ ਇਹ ਕਹਿੰਦੇ ਨੇ ਔਰ ਕੰਮ ਵੀ ਉਹ ਹੋਈ ਜਿਹੜਾ ਇਹ ਕਰਦੇ ਪਏ ਨੇ ਕਿ ਇਹ ਸਾਨੂੰ ਗੱਲ ਵੀ ਕਰਦੇ ਰਹਿਣਾ ਚਾਹੀਦਾ ਅਤੇ ਕੰਮ ਵੀ ਕਰਦੇ ਰਹਿਣਾ ਚਾਹੀਦਾ ਹੈਗਾ। ਕਿਉਂਕਿ 150 ਮਿਲੀਅਨ ਤੋਂ ਜ਼ਿਆਦਾ ਪੰਜਾਬੀ ਚੜ੍ਹਦੇ ਲਹਿੰਦੇ ਅਤੇ ਕੈਨੇਡੀਅਨ ਪੰਜਾਬ ਅਤੇ ਪੂਰੀ ਦੁਨੀਆ ਦੇ ਪੰਜਾਬਾਂ ਦੇ ਵਿੱਚ ਬੈਠੇ ਹੋਏ ਨੇ। ਆਫਟਰ ਆਲ ਇਹ ਨਹੀਂ ਹੋ ਸਕਦਾ ਹੈਗਾ ਕਿ ਇਹਨਾਂ ਦੀ ਜਿਹੜੀ ਹਿੰਮਤ ਹੈਗੀ ਹੈ ਅਸੀਂ ਉਹਨੂੰ ਭੁੱਲ ਕੇ ਆਪਣੀ ਹਿੰਮਤ ਹਾਰ ਜਾਈਏ। ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਪਹਿਲੇ ਜਿਹੜਾ ਉੱਥੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਹੌਸਲਾ ਦੇਗਾ ਅਤੇ ਇੱਥੇ ਰਹਿੰਦੇ ਹੋਏ ਪੰਜਾਬੀਆਂ ਨੂੰ ਵੀ ਹੌਸਲਾ ਦੇਗਾ। ਅਤੇ ਮੈਂ ਪਰਮਜੀਤ ਜੀ ਦਰਸ਼ਕਾਂ ਨੂੰ ਆਖਰ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ, ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ, ਕਿਉਂਕਿ ਇਹ ਸ਼ਾਹਮੁਖੀ ਦੇ ਵਿੱਚ ਹੈਗਾ। ਬਿਲਕੁਲ, ਅਸੀਂ ਇੱਥੋਂ ਇਹਨਾਂ ਦੀ ਸਬਸਕ੍ਰਿਪਸ਼ਨ ਕਰੀਏ, ਇਹਨਾਂ ਨੂੰ ਚੰਦੇ ਕਰੀਏ। ਬਿਲਕੁਲ, ਔਰ ਤਾਂ ਕਿ ਇਹ ਉੱਥੇ ਹਿੰਮਤ ਇਹਨਾਂ ਦਾ ਵੱਧਦੀ ਰਹੇ, ਇਹ ਸਾਨੂੰ ਪਰਚੇ ਉੱਥੋਂ ਕੱਲਣ, ਅਸੀਂ ਇੱਥੇ ਆਪਣੇ ਘਰਾਂ ਦੇ ਵਿੱਚ ਵੰਡੀਏ। ਔਰ ਪਰਮਜੀਤ ਜੀ ਤੁਹਾਡੇ ਰਾਹੀਂ ਖਾਸ ਤੌਰ 'ਤੇ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਦੇ ਛਪ ਰਹੇ ਨੇ ਇਸ ਤਰ੍ਹਾਂ ਦੇ ਪਰਚੇ, ਅਸੀਂ ਉਹਨਾਂ ਨੂੰ ਉੱਥੋਂ ਮੰਗਵਾਈਏ। ਬਿਲਕੁਲ, ਔਰ ਸਬਸਕ੍ਰਿਪਸ਼ਨ ਦੇਈਏ ਇੱਥੋਂ। ਬਿਲਕੁਲ ਬਿਲਕੁਲ, ਤੁਸੀਂ ਕੀ ਕਹਿੰਦੇ ਜੇ ਤਾਂ ਕਿ ਅਸੀਂ ਆਖਰ 'ਚ ਇਹਨਾਂ ਦਾ ਪੈਗਾਮ ਸੁਣੀਏ ਅਤੇ ਫਿਰ ਅਸੀਂ ਦਰਸ਼ਕਾਂ ਨੂੰ? ਜਿਵੇਂ ਕਹਿੰਦੇ ਆਦਾਨ ਪ੍ਰਦਾਨ ਜ਼ਰੂਰੀ ਹੈ, ਇਸ ਕਰਕੇ ਜਿਹੜੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਜਿਹੜਾ ਜਿਹੜਾ ਸਾਡਾ ਸਾਹਿਤ ਆ ਉਹਦਾ ਜਿਹੜਾ ਆਦਾਨ ਪ੍ਰਦਾਨ ਹੁੰਦਾ ਰਹੇ ਅਤੇ ਬਹੁਤ ਜ਼ਰੂਰੀ ਆ। ਅਤੇ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਸੁਹੇਲ ਸਰ, ਜਿਹੜਾ ਬੱਚਿਆਂ ਦੇ ਹਵਾਲੇ ਨਾਲ ਜਿਹੜਾ ਕਹਾਣੀ ਆ ਜਿਹੜੀ ਉਹ ਕਿਵੇਂ ਉੱਥੇ ਜਿਹੜੀ ਤੁਹਾਡੇ ਲਹਿੰਦੇ ਪੰਜਾਬ 'ਚ ਲਿਖੀ ਜਾ ਰਹੀ ਆ ਅਤੇ ਕਿਵੇਂ ਉਸ 'ਤੇ ਕੰਮ ਹੋ ਰਿਹਾ ਆ? ਮੇਰਾ ਕਿਉਂਕਿ ਪੰਜਾਬੀ ਔਰ ਹਿੰਦੀ ਔਰ ਗੁਰਮੁਖੀ ਦੇ ਉੱਤੇ ਪੂਰੀ ਨਜ਼ਰ ਹੈ ਬੱਚਿਆਂ ਦੀ ਕਹਾਣੀ 'ਤੇ ਸਿਰਫ ਪਾਉਣ ਦੀ, ਪਰ ਮੈਂ ਸਮਝਣਾ ਕਿ ਹਿੰਦੀ 'ਚ ਕਹਾਣੀ ਬਹੁਤ ਸੋਹਣੀ ਲਿਖੀ ਜਾ ਰਹੀ ਹੈ, ਲੇਕਿਨ ਉਹਦੇ ਪਿੱਛੇ ਸਰਕਾਰ ਦਾ ਹੱਥ ਹੈ। ਠੀਕ ਹੈ, ਉਹਦੇ ਪਿੱਛੇ ਐਪਰੀਸ਼ੀਏਟ ਉਹਨੂੰ ਕਰਦੀ ਹੈ ਹਕੂਮਤ, ਉਹ ਅੱਛਾ ਅਦਬ ਤਖਲੀਕ ਹੋ ਰਿਹਾ। ਸਾਡੇ ਪੰਜਾਬੀ 'ਚ ਸੋਹਣੀ ਕਹਾਣੀ ਨਹੀਂ ਲਿਖੀ ਜਾ ਰਹੀ, ਜਾਂ ਉੱਥੇ ਮਿਹਨਤ ਨਹੀਂ ਕੀਤੀ ਜਾ ਰਹੀ, ਜਾਂ ਜੋ ਵੀ ਸਮਝ ਲਓ, ਲੇਕਿਨ ਮੈਂ ਸਮਝਣਾ ਕਿ ਸਾਡੇ ਪੰਜਾਬ ਲਹਿੰਦੇ ਪੰਜਾਬ 'ਚ ਬੱਚਿਆਂ ਦੀ ਕਹਾਣੀ ਬਹੁਤ ਸੋਹਣੀ ਲਿਖੀ ਜਾ ਰਹੀ ਹੈ। ਤੁਸੀਂ ਪਖੇਰੂ ਦਾ ਕੋਈ ਸ਼ੁਮਾਰਾ ਚੁੱਕ ਕੇ ਵੇਖ ਲਓ, ਤੁਹਾਨੂੰ ਸਾਡੇ ਪੰਜਾਬ ਦੀਆਂ ਕਹਾਣੀਆਂ ਅਤੇ ਉੱਧਰ ਦੇ ਪੰਜਾਬ ਦੀਆਂ ਕਹਾਣੀਆਂ, ਹਿੰਦੀ ਦੀਆਂ ਕਹਾਣੀਆਂ ਵੀ ਮਜਮੂਆ ਮਿਲੇਗਾ ਤੁਹਾਨੂੰ, ਠੀਕ ਹੈ, ਅੱਛੀਆਂ ਕਹਾਣੀਆਂ ਦਾ। ਇਹ ਗੱਲ ਤਾਂ ਹੈ। ਦੂਸਰੀ ਚੀਜ਼ ਹੈ ਇਹ ਕਿ ਪੰਜਾਬੀ ਕਹਾਣੀ ਤਰੱਕੀ ਵੱਲ ਕਦਮ ਪੁੱਟ ਸਕਦੀ ਹੈ, ਲੇਕਿਨ ਉਹਦੇ ਨਾਲ ਆਸ਼ਕ ਲੈ ਟੈਪ ਨਾਲ ਜੁੜ ਜਾਣ, ਜਿਹਦਾ ਇਸ ਕੰਮ ਨੂੰ ਆਪਣਾ ਇਸ਼ਕ ਸਮਝ ਲੈਣਾ, ਇਸ ਕੰਮ ਨੂੰ ਸਮਝ ਲੈਣ ਕਿ ਕਰਨਾ ਹੀ ਕਰਨਾ, ਜ਼ਿੰਦਗੀ ਔਰ ਮੌਤ ਦਾ ਮਸਾ ਸਮਝ ਲੈਣਾ ਇਸ ਕੰਮ ਨੂੰ, ਫਿਰ ਉਹਦੇ ਲਈ ਕਾਮਯਾਬੀ ਜੋ ਕਿਸ਼ਤੀਆਂ ਸਾੜਦੀਆਂ ਨੇ ਮਗਰੋਂ ਪਤਾ ਪਿੱਛੇ ਜਾਣਾ ਹੀ ਕੋਈ ਨਹੀਂ ਹੈਗਾ, ਅਸੀਂ ਅੱਗੇ ਜਾਣਾ ਜਾਂ ਕਾਮਯਾਬੀ ਜਾਂ ਫਿਰ ਮਰ ਜਾਣਾ। ਔਰ ਮੈਂ ਸਮਝਣਾ ਕਿ ਕੰਮ ਜਿਹੜਾ ਬੱਚਿਆਂ ਦਾ ਇਹ ਇਸੇ ਪਲੀ ਦੇ ਉੱਤੇ ਹੈਗਾ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਤੁਸੀਂ ਖਰੀਦਦਾਰ ਬਣੋ ਇੱਥੇ, ਲੇਕਿਨ ਮੈਂ ਇੱਥੇ ਵਾਸਤੇ ਮੁਸਲਮਾਨ ਜਿਹੜੀ ਕਮਿਊਨਿਟੀ ਹੈ, ਮੈਂ ਉਹਦੇ ਕੋਲ ਦਰਖਾਸਤ ਕਰਾਂਗਾ ਕਿ ਤੁਸੀਂ ਖਾਲੀ ਇੱਥੇ ਪੈਸੇ ਕਮਾਉਣ ਨਹੀਂ ਆਏ, ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਇਸਲਾਮੀ ਲਿਟਰੇਚਰ ਵੀ ਹੈ, ਕੋਈ ਖਾਲੀ ਹੈ ਨਹੀਂ ਕਿ ਸਿੱਖਾਂ ਦਾ ਇਸਲਾਮੀ ਲਿਟਰੇਚਰ ਵੀ ਹੈ, ਤੁਸੀਂ ਇਸ ਸ਼ਾਹਮੁਖੀ ਦੇ ਵਿੱਚ ਤੁਸੀਂ ਜਿਹੜੇ ਉਰਦੂ ਅਖਬਾਰ ਛਾਪਦੇ ਨੇ ਉਹਨਾਂ 'ਚ ਪੰਜਾਬੀ ਸਫ਼ੇ ਸ਼ੁਰੂ ਕਰੋ ਅਤੇ ਪੰਜਾਬੀ ਮੈਗਜ਼ੀਨ ਸ਼ੁਰੂ ਕਰੋ, ਤੁਹਾਨੂੰ ਕਿੰਨੇ ਟੱਕਿਆ ਹੋਇਆ ਇੱਥੇ, ਤੁਸੀਂ ਆਪਣੀ ਜ਼ੁਬਾਨ ਆਪਣੇ ਵਿਰਸੇ ਨੂੰ ਜ਼ਿੰਦਾ ਰੱਖੋ ਇੱਥੇ ਆ ਕੇ ਵੀ, ਇਹ ਵੀ ਪੰਜਾਬ ਦੀ ਧਰਤੀ ਹੈ, ਇਹ ਵੀ ਇੱਥੇ ਲੋਕ ਵੱਸਦੇ ਪਏ ਨੇ ਇੱਥੇ। ਅਗਰ ਤੁਸੀਂ ਲੋਕਾਂ ਨੇ ਕੋਸ਼ਿਸ਼ ਕਰਕੇ ਪੰਜਾਬੀ ਦੇ 2-4 ਅਖਬਾਰਾਂ ਕੱਢੀਆਂ ਨੇ, ਉਹ ਪੰਜਾਬੀ ਦੇ ਇੱਕ ਅਖਬਾਰ ਇੱਥੋਂ ਸ਼ਾਹਮੁਖੀ 'ਚ ਵੀ ਨਿਕਲ ਸਕਦਾ, ਉਹ ਵੀ ਬੱਚਿਆਂ ਦੇ ਵਿੱਚ ਲਿਟਰੇਚਰ ਉਹਦੇ ਵਿੱਚ ਸ਼ਾਮਿਲ ਹੋ ਸਕਦਾ, ਠੀਕ ਹੈ ਨਾ। ਲੇਕਿਨ ਜਦੋਂ ਤੱਕ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਜਾਗ ਨਹੀਂ ਲਾਵਾਂਗੇ, ਅਸੀਂ ਉਹ ਰੁੱਖ ਨਹੀਂ ਲਾਵਾਂਗੇ ਜਿਹੜੇ ਸਾਡੇ ਵੱਡਿਆਂ ਨੇ ਸਾਡੇ ਵਾਸਤੇ, ਜਿਹੜੇ ਆਪ ਅਸੀਂ ਅੱਜ ਚੁਪਣ ਰਹੇ ਹਾਂ, ਅਸੀਂ ਆਪਣੇ ਬੱਚਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ, ਉਹ ਮਗਰੋਂ ਕੋਈ ਚੁਪਣਗੇ, ਉਹਨਾਂ ਵਾਸਤੇ ਆਮ ਦਾ ਰੁਕੇ ਕੋਈ ਨਹੀਂ ਹੋਏਗਾ। ਵੱਡਿਆਂ ਦੀ ਅਦਬ 2-4 ਕਹਾਣੀ ਲਿਖ ਕੇ ਨਹੀਂ, ਬੱਚਿਆਂ ਨੂੰ ਝਾੜਨ 'ਚ ਕੋਈ ਫਾਇਦਾ ਨਹੀਂ ਜਦੋਂ ਤੱਕ ਨਵੇਂ ਰੁੱਖ ਨਹੀਂ ਲਾਓਗੇ ਤੁਸੀਂ। ਬਾਗ ਹਰਾ ਭਰਾ ਉਦੋਂ ਹੀ ਹੋਏਗਾ ਜਦੋਂ ਬਹੁਤੇ ਰੁੱਖ ਹੋਣਗੇ,
ਬੜੀ ਤੁਸੀਂ ਸੋਹਣੀ ਗੱਲ ਕੀਤੀ ਹੈ ਔਰ ਤੁਹਾਡੇ ਅਸੀਂ ਐਸੇ ਮੈਸੇਜ ਨਾਲ ਅੱਜ ਦੀ ਗੱਲਬਾਤ ਖਤਮ ਕਰਨੇ ਹੈਗੇ ਸੇਲ ਸਾਹਿਬ, ਇੱਕ ਮਿੰਟ ਕੋਲ ਜ਼ਰੂਰ ਸਰ, ਇੱਕ ਮੇਰੇ ਕੋਲ ਹੋ ਰਿਹਾ ਸੀਗਾ ਪ੍ਰਸ਼ਨ ਜਿਹੜਾ ਮੇਰੇ ਮਨ 'ਚ ਰਹਿ ਗਿਆ, ਤਾਂ ਇਹ ਮੈਨੂੰ ਜੀ ਹਾਂਜੀ ਮੈਂ ਅਟਕਿਆ ਨਹੀਂ ਰਹਿਣਾ ਦੇਣਾ ਚਾਹੁੰਦੀ। ਮੈਂ ਜਿਹੜਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦਾ ਸਾਹਿਤ ਆ, ਉਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ? ਇਹ ਉੱਥੇ ਕਿਉਂਕਿ ਪੰਜਾਬੀ ਦੀ ਫਿਰ ਵੀ ਥੋੜ੍ਹੀ ਜਿਹੀ ਹਕੂਮਤ ਸਰਪ੍ਰਸਤੀ ਕਰਦੀ ਹੈ ਕਿ ਉਹ ਪੰਜਾਬੀ ਦੋ ਬੱਚੇ ਨਹੀਂ ਕਰ ਰਹੇ ਨੇ। ਉੱਥੇ ਦੀਆਂ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਨੇ ਮੈਂ ਵੀ ਪੜ੍ਹਨਾ ਵਾਂ, ਬੜਾ ਮਜ਼ਾ ਆਉਂਦਾ ਹੈ, ਉਹ ਕਾਫੀ ਹੱਦ ਤੱਕ ਇੰਪਰੂਵ ਹੋ ਰਹੀਆਂ ਨੇ ਸਾਡੇ ਪਾਸੇ, ਕਿਉਂਕਿ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ, ਸਿਰਫ ਇੱਕ ਪਰਚਾ ਹੀ ਹੈ। ਮੈਂ ਤਾਂ ਹੁਣ ਇਹ ਸਿਲੇਬਸ ਦੀਆਂ ਕਿਤਾਬਾਂ 'ਚੋਂ ਕਹਾਣੀ ਚੁੱਕ ਕੇ ਛਾਪਣਾ ਵਾਂ, ਸਿੰਪਲ ਦੇ ਤੌਰ 'ਤੇ ਅਗਰ ਤੁਸੀਂ ਕਹਿੰਦੇ ਹੋ ਮਿਸਾਲ ਦੇ ਤੌਰ 'ਤੇ, ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਸਕਦਾ ਜੇ ਤਾਈ ਹੋ। ਬਿਲਕੁਲ ਬਿਲਕੁਲ ਸੁਣਾਓ। ਇੱਕ ਤਾਂ ਸਾਹਿਬ ਮੇਰੀ ਆਪਣੀ ਨਜ਼ਮ ਹੈ ਕਿ ਰੁੱਖ ਦੀ ਉੱਚੀ ਟਹਿਣੀ ਉੱਤੇ ਬੈਠਿਆ ਬੋਲੇ ਕਾਂ, ਸੱਜਣੋ ਬੋਲੀ ਉਹ ਚੰਗੀ ਜਿਹੜੀ ਬੋਲੇ ਮਾਂ। ਬਹੁਤ ਸੋਹਣਾ, ਬਹੁਤ ਸੋਹਣਾ। ਮਾਂ ਬੋਲੀ ਨੂੰ ਛੱਡਣ ਵਾਲੇ, ਮਾਂ ਬੋਲੀ ਨੂੰ ਛੱਡਣ ਵਾਲੇ, ਮਾਂ ਬੋਲੀ ਨੂੰ ਰੋਲਣ ਵਾਲੇ, ਰੋਲਦੇ ਥਾਂ ਥਾਂ ਰੁੱਸ ਜਾਂਦੀ ਫਿਰ ਉਹਦੇ ਕੋਲੋਂ ਜੰਨਤ ਵਰਗੀ ਛਾਂ, ਰੁੱਖ ਦੀ ਉੱਚੀ ਟਹਿਣੀ ਉੱਤੇ ਬੈਠਿਆ ਬੋਲੇ ਕਾਂ, ਸੱਜਣੋ ਬੋਲੀ ਉਹ ਚੰਗੀ ਜਿਹੜੀ ਬੋਲੇ ਮਾਂ। ਵਾਹ ਜੀ, ਕਮਾਲ ਹੈ, ਕਮਾਲ, ਬਹੁਤ ਸੋਹਣਾ ਜੀ, ਬਹੁਤ। ਔਰ ਗੋਰਾ ਜੀ, ਇਹ ਜਿਹੜੀਆਂ ਕਹਾਣੀਆਂ ਅਸੀਂ ਤਖਲੀਕ ਕਰ ਰਹੇ ਹਾਂ ਉੱਥੇ, ਕਿਉਂਕਿ ਜੋ ਜਿਸ ਸਾਨੂੰ ਸਾਹਮਣਾ ਹੋਏਗਾ ਨਾ ਜਿਸ ਚੀਜ਼ ਦਾ, ਤੁਸੀਂ ਉਹਦਾ ਮੁਕਾਬਲਾ ਕਰਨ ਵਾਸਤੇ ਕੋਈ ਨਾ ਕੋਈ ਹੱਥੀ ਹਥਿਆਰ ਚੁੱਕ ਲਓਗੇ ਫੇਸ ਕਰਨ ਵਾਸਤੇ। ਸਾਡੀ ਜਿਹੜੀਆਂ ਕਹਾਣੀਆਂ ਤਖਲੀਕ ਹੋ ਰਹੀਆਂ, ਨਜ਼ਮਾਂ ਤਖਲੀਕ ਹੋ ਰਹੀਆਂ ਨੇ, ਉਹ ਇਹੋ ਜਿਹੀ ਤਖਲੀਕ ਹੋ ਰਹੀਆਂ ਨੇ ਜੋ ਮੈਂ ਤੁਹਾਨੂੰ ਸੁਣਾਈਏ ਜ਼ੁਬਾਨ ਦੇ ਵਾਲੇ ਨਾਲ। ਕਹਾਣੀਆਂ ਜ਼ੁਬਾਨ ਵਾਲਾ, ਆਪਣੀ ਜ਼ੁਬਾਨ ਨੂੰ ਬਚਾਓ। ਸੁਰਜੀਤ ਪਾਤਰ ਦੀ ਇੱਕ ਨਜ਼ਮ ਹੈ, ਉਹ ਪੜੀਕੋ ਨਜ਼ਮ ਦੇ ਵਿੱਚ 4-5 ਮੈਸੇਜ ਦੇ ਰਿਹਾ। ਮੈਂ ਉੱਥੋਂ ਸਿਲੇਬਸ ਤੋਂ ਨਜ਼ਮ ਲਈ ਸੀ ਕਿ ਤਿੱਤਲੀਏ ਤਿੱਤਲੀਏ ਸੁਣ ਮੇਰੀ ਗੱਲ, ਮੈਂ ਵੀ ਇੱਕ ਫੋਲਾਂ ਤੂੰ ਆ ਜਾ ਮੇਰੇ ਵੱਲ, ਮੈਨੂੰ ਸਾਰੇ ਹਾਨੀਆਂ ਦੀ ਢਾਣੀ 'ਚੋਂ ਪਛਾਣ ਕੇ, ਛੇਤੀ ਨਾਲ ਬਹਿ ਜਾ ਮੇਰੇ ਮੋਢੇ ਉੱਤੇ ਆਣ ਕੇ, ਆ ਜਾ ਮੇਰੇ ਨਾਲ ਤੂੰ ਸਕੂਲ ਮੇਰੇ ਚੱਲ, ਤਿੱਤਲੀਏ ਤਿੱਤਲੀਏ ਸੁਣ ਮੇਰੀ ਗੱਲ। ਦੂਸਰੇ ਬੰਦੇ 'ਚੋਂ ਕਹਿੰਦਾ ਕਿ ਤਿੱਤਲੀ ਨੇ ਬੁੱਲਾਂ ਵਿੱਚ ਨਿੰਮਾਂ ਜਿਹਾ ਹੱਸਿਆ, ਕਹਿਣ ਲੱਗੀ ਆਪਣੇ ਮੈਂ ਘਰ ਨਹੀਂ ਦੱਸਿਆ, ਜਾਵਾਂਗੀ ਜ਼ਰੂਰ ਪਰ ਅੱਜ ਨਹੀਂ ਕੱਲ੍ਹ, ਤਿੱਤਲੀਏ ਤਿੱਤਲੀਏ ਸੁਣ ਮੇਰੀ ਗੱਲ। ਉਸ ਤੋਂ ਅਗਲੇ ਬੰਦੇ ਕਹਿੰਦਾ ਕਿ ਤਿੱਤਲੀਏ ਐਵੇਂ ਬਹਾਨੇ ਨਹੀਂ ਬਣਾਈ ਦੇ, ਅੱਜ ਵਾਲੇ ਕੰਮ ਕਦੀ ਕੱਲ੍ਹ 'ਚ ਨਹੀਂ ਪਾਈ ਦੇ, ਅੱਜ ਹੁੰਦੀ ਅੱਜ ਅਤੇ ਕੱਲ੍ਹ ਹੁੰਦੀ ਕੱਲ੍ਹ, ਤਿੱਤਲੀਏ ਤਿੱਤਲੀਏ ਸੁਣ ਮੇਰੀ ਗੱਲ। ਆਖਰੀ ਬੰਦੇ ਕਿ ਆ ਜਾ ਬੜੀ ਤੇਜ਼ ਤੇਜ਼ ਸਾਈਕਲ ਚਲਾਵਾਂਗਾ, ਝੂਟੇ ਦਿੰਦਾ ਤੈਨੂੰ ਮੈਂ ਸਕੂਲ ਲੈ ਕੇ ਜਾਵਾਂਗਾ, ਸੋਹਣੀਆਂ ਕਿਤਾਬਾਂ ਵਿਖੀ ਪੰਨੇ ਥਲ ਥਲ, ਤਿੱਤਲੀਏ ਤਿੱਤਲੀਏ ਸੁਣ ਮੇਰੀ ਗੱਲ। ਇੱਕ ਸਿਲੇਬਸ ਦੀ ਸ਼ਾਮਲ ਸੀ, ਇੱਕੋ ਮੈਸੇਜ ਵਿੱਚ ਇੱਕੋ ਨਜ਼ਮ ਦੇ ਵਿੱਚ 3-4 ਮੈਸੇਜ ਨੇ ਕਿ ਆਪਣੇ ਘਰ ਦੱਸ ਕੇ ਜਾਣਾ ਚਾਹੀਦਾ ਮਾਂ ਬਾਲਦਿਆਂ ਨੂੰ, ਵੈਸੇ ਨਹੀਂ ਜਾਣਾ ਚਾਹੀਦਾ, ਅੱਜ ਦੇ ਕੰਮ ਸਾਨੂੰ ਅੱਜ ਹੀ ਕਰਨੇ ਚਾਹੀਦੇ ਨੇ, ਠੀਕ ਹੈ। ਔਰ ਬੱਚੇ ਦਾ ਉਹ ਤਿੱਤਲੀ ਦਾ ਪਿਆਰ ਆਪਸ 'ਚ ਜਿਹੜਾ ਹੁੰਦਾ ਹੈ ਉਹ ਬਿਆਨ ਕੀਤਾ ਗਿਆ। ਅਤੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਆਪਣਾ ਤਾਰ ਸਾਹਿਬ। ਨਹੀਂ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ, ਮਮਨੂਨ ਹੈਗੇ ਤੁਸੀਂ ਆਏ। ਬਿਲਕੁਲ। ਔਰ ਆਖਿਰ 'ਚ ਫਿਰ ਇੱਕ ਦਫ਼ਾ ਪਰਮਜੀਤ ਜੀ, ਮੈਂ ਖਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਇੱਥੇ ਕੈਨੇਡਾ ਦੇ ਵਾਸਤੇ ਨੇ, ਉਹਨਾਂ ਨੂੰ ਕਹਾਂਗਾ ਕਿ ਕੁਝ ਨਹੀਂ ਤਾਂ ਤੁਸੀਂ ਸਾਲ ਦਾ ਕੋਈ $100-150 ਚੰਦਾ ਇਹਨਾਂ ਨੂੰ ਕੱਲੋ, ਔਰ ਕਿਤਾਬਾਂ ਇਹਨਾਂ ਦੇ ਕੋਲ ਸਬਸਕ੍ਰਾਈਬ ਕਰਵਾਓ ਤਾਂ ਕਿ ਤੁਹਾਨੂੰ ਇੱਥੇ ਪੜ੍ਹਨ ਨੂੰ ਮਿਲਣ, ਤੁਸੀਂ ਆਪਣੇ ਬੱਚਿਆਂ ਨੂੰ ਨਿਆਣਿਆਂ ਨੂੰ ਖੁਦ ਪੜ੍ਹ ਕੇ ਸੁਣਾਓ, ਇਹਦੇ ਨਾਲ ਤੁਹਾਡੀ ਆਪਣੀ ਜਿਹੜੀ ਮਾਂ ਬੋਲੀ ਦੇ ਨਾਲ ਜੁੜਤ ਵੀ ਹੋਵੇਗੀ ਅਤੇ ਤੁਸੀਂ ਬੱਚਿਆਂ ਨੂੰ ਵੀ ਨਾਲ ਜੋੜੋਗੇ। ਇੰਨੀ ਸੋਹਣੀ ਕਿਤਾਬ ਇੱਥੋਂ ਛਪਦੀ ਹੈਗੀ ਹੈ ਲਹਿੰਦੇ ਪੰਜਾਬ ਤੋਂ, ਤਾਂ ਉਹਨੂੰ ਅਸੀਂ ਇੱਥੇ ਵੀ ਹੁਣ ਮੰਗਵਾਈਏ, ਕਿਉਂਕਿ ਅਸ਼ਵ ਸੁਹੇਲ ਸਾਹਿਬ ਉੱਥੋਂ ਮਿਲਣ ਆਏ ਨੇ ਤੁਹਾਨੂੰ, ਅਤੇ ਤੁਸੀਂ ਵੀ ਇਹਨਾਂ ਨੂੰ ਹੁਣ ਮੁਸਲਸਲ ਮਿਲਦੇ ਰਹੋ ਇਹਨਾਂ ਦੀ ਕਿਤਾਬ ਨੂੰ ਸਬਸਕ੍ਰਾਈਬ ਕਰਵਾ ਕੇ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਕਿ ਸਾਰਿਆਂ ਨਾਲੋਂ ਪਹਿਲਾ ਸਬਸਕ੍ਰਾਈਬਰ ਮੈਂ ਹੋਵਾਂਗਾ ਇੱਥੇ ਕੈਨੇਡਾ ਦੇ ਵਿੱਚ ਇਹਨਾਂ ਦੀ ਕਿਤਾਬ ਦਾ। ਪਰਮਜੀਤ ਜੀ, ਤੁਹਾਡਾ ਵੀ ਮੈਂ ਖਾਸ ਤੌਰ 'ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਡੇ ਨਾਲ ਅੱਜ ਰਹੇ। ਬਹੁਤ ਬਹੁਤ ਧੰਨਵਾਦ ਗੋਰਾ ਸਾਹਿਬ।